ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਜੋ ਘਾਟੇ 'ਚ ਹੈ ਉਹਨੂੰ ਖਰੀਦ ਰਹੀ ਹੈ ਪੰਜਾਬ ਸਰਕਾਰ ਕਿ ਅਸੀਂ ਚਲਾ ਕੇ ਦਿਖਾਵਾਂਗੇ ਕਿਉਂਕਿ ਸਾਡੇ ਕੋਲੇ ਕੋਲਾ ਹੈਗਾ ਤਾਂ ਅਸੀਂ ਉਸ ਥਰਮਲ ਪਲਾਂਟ ਨੂੰ ਚਲਾ ਸਕਦੇ ਹਾਂ ਤੇ ਸਾਨੂੰ ਸਸਤੀ ਬਿਜਲੀ ਜਿੰਨੇ ਦਾ ਉਹਦੇ ਨਾਲ ਐਗਰੀਮੈਂਟ ਹੋਇਆ ਹੋਇਆ ਸੀ ਪਹਿਲਾਂ ਉਹਦੇ ਨਾਲੋਂ ਕਿਤੇ ਸਸਤੀ ਬਿਜਲੀ ਅਸੀਂ ਪੈਦਾ ਕਰਾਂਗੇ ਪੰਜਾਬ 'ਚ ਸੋ ਮੈਂ ਇੱਕ ਵਾਰੀ ਫੇਰ ਸਾਰੇ ਜਿੰਨੇ ਵੀ ਪੰਜਾਬੀ ਨੇ ਜਿਹਨਾਂ ਨੂੰ ਜਿਹੜਾ 0 ਪੇ ਲਾਉਂਦਾ ਮੈਨਾਂ ਨੂੰ ਵਧਾਈਆਂ ਦਿਨਾਂ ਐਸੀ ਤਰ੍ਹਾਂ ਰਹੂਗਾ 1 ਸਾਲ ਹੋ ਗਿਆ ਅਸੀਂ ਗਰੰਟੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਜੀ ਜਦੋਂ ਅਸੀਂ ਪ੍ਰਚਾਰ ਕਰ ਰਹੇ ਸੀ ਚੋਣਾਂ ਵੇਲੇ ਕਿ ਅਸੀਂ ਬਿਜਲੀ ਫ੍ਰੀ ਦੇਵਾਂਗੇ ਤੇ ਉਹ ਗਰੰਟੀ ਅਸੀਂ ਮਾਰਚ ਦੇ ਵਿੱਚ ਸਰਕਾਰ ਬਣੀ ਐ ਅਪ੍ਰੈਲ ਮਈ ਦੇ ਵਿੱਚ ਅਸੀਂ ਸਾਰਾ ਕਾਰਜਕਾਰੀ ਕਾਰਵਾਈ ਪੂਰੀ ਕਰਕੇ ਜੂਨ ਚ ਤਾਂ ਜੁਲਾਈ ਤੋਂ 1 ਜੁਲਾਈ ਤੋਂ ਅਸੀਂ ਫ੍ਰੀ ਕਰਤਾ ਸੀ ਸੋ ਅੱਜ 2 ਜੁਲਾਈ ਐ 1 ਸਾਲ ਹੋ ਗਿਆ ਐਸੀ ਤਰ੍ਹਾਂ ਹੀ ਰਹੂਗੀ ਬਿਜਲੀ ਜਿਹੜੀ ਫ੍ਰੀ ਐ ਔਰ ਇਹਦੇ ਵਿੱਚ ਕੋਈ ਅਸੀਂ ਕੋਈ ਬੀਪੀਐਲ ਕਾਰਡ ਜਾਂ ਕੋਈ ਨੀਲਾ ਕਾਰਡ ਜਾਂ ਕੋਈ ਇਦਾਂ ਦਾ ਵੀ ਕੋਈ ਅਸੀਂ ਸ਼ਰਤ ਨਹੀਂ ਰੱਖੀ ਜਿਹੜੇ ਘਰ ਚ ਵੀ 600 ਜੁਨਣ ਤੋਂ ਥੱਲੇ ਮੀਟਰ ਦੀ ਰੀਡਿੰਗ ਹੈ 2 ਮਹੀਨਿਆਂ ਦੀ ਉਹਨਾਂ ਨੂੰ ਜ਼ੀਰੋ ਬਿਲ ਆਉਂਦਾ ਤੇ ਤੁਹਾਨੂੰ ਬਹੁਤ ਸਾਰੇ ਨੂੰ ਜਿਹੜੇ ਵੀਡੀਓ ਦੇਖ ਰਹੇ ਨੇ ਆਉਂਦਾ ਵੀ ਹੋਊਗਾ ਸੋ ਪੰਜਾਬ ਜਿਹੜਾ ਉਹ ਰੰਗਲਾ ਬਣਾਉਣਾ ਤੇ ਰੰਗਲੇ ਪੰਜਾਬ ਦੀ ਜਿਹੜੀ ਟੀਮ ਹੈ ਸਾਡੀ ਉਹਦੇ ਵਿੱਚ ਤੁਸੀਂ ਵੀ ਹਿੱਸਾ ਤੇ ਸਾਡਾ ਸਹਿਯੋਗ ਕਰੋ ਯੋਗਦਾਨ ਦਿਓ ਤੇ ਆਪਾਂ ਇਸੇ ਤਰ੍ਹਾਂ ਜਿਹੜਾ ਪੰਜਾਬ ਨੂੰ ਸ਼ਿਖਰਾਂ ਵੱਲ ਨੂੰ ਲੈ ਕੇ ਜਾਣਾ ਤੇ ਨਹਿਰੀ ਪਾਣੀ ਵੀ ਖੇਤਾਂ ਤੱਕ ਪਹੁੰਚ ਰਿਹਾ ਹੈ ਬਹੁਤ ਸਾਰੀਆਂ ਵੀਡੀਓ ਆਉਂਦੀਆਂ ਨੇ ਟਿਊਬਵਲ 14 ਲੱਖ ਤੋਂ ਉੱਪਰ ਟਿਊਬਵਲ ਹੈ ਕੋਸ਼ਿਸ਼ ਕਰਾਂਗੇ ਜੇ ਨਹਿਰੀ ਪਾਣੀ ਉੱਥੇ ਤੱਕ ਪਹੁੰਚ ਜੇ ਤਾਂ ਟਿਊਬਵਲ ਜਿਹੜੇ ਨੇ ਉਹਨਾਂ ਨੂੰ ਚਲਾਉਣ ਦੀ ਲੋੜ ਘੱਟ ਪਵੇ ਸੋ ਇਸ ਕਰਕੇ ਪੰਜਾਬ ਨੂੰ ਅਸੀਂ ਬਿਜਲੀ ਸਰਪਲਸ ਬਣਾਵਾਂਗੇ ਸੋਲਰ ਵਾਲੇ ਪਾਸਿਓਂ ਵੀ ਗ੍ਰੀਨ એનર્ਜੀ ਵਾਲੇ ਪਾਸਿਓਂ ਵੀ ਤੇ ਹਾਈਡਰੋ ਪ੍ਰੋਜੈਕਟ ਵੀ ਇੱਕ ਥਰਮਲ ਇੱਕ ਅਸੀਂ ਡੈਮ ਬਣਾ ਰਹੇ ਹਾਂ ਆਪਣਾ ਰنجੀਤ ਸਾਗਰ ਡੈਮ ਦੇ ਨੇੜੇ ਧਾਰਕਲਾਂ ਦੇ ਵਿੱਚ ਇੱਕ ਡੈਮ ਬਣਾ ਰਹੇ ਹਾਂ ਉਹਦੇ ਨਾਲ ਬਿਜਲੀ ਵੀ ਪੈਦਾ ਹੋਊਗੀ ਤੇ ਸਾਡਾ ਜਿਹੜਾ ਪਾਣੀ ਇੱਧਰ ਉੱਧਰ ਲੀਕ ਹੁੰਦਾ ਸੀ ਰਾਵੀ ਦੇ ਜ਼ਰੀਏ ਉਹ ਵੀ ਜਿਹੜਾ ਹੈ ਸਾਡੇ ਪੰਜਾਬ ਦੀਆਂ ਨਹਿਰਾਂ 'ਚ ਆਊਗਾ ਸੋ ਮੈਨੂੰ ਉਮੀਦ ਹੈ ਕਿ ਪੰਜਾਬ ਫਿਰ ਦੁਬਾਰੇ ਅਸੀਂ ਪੰਜ ਆਪ ਪੰਜ ਦਰਿਆਵਾਂ ਦੀ ਧਰਤੀ ਤਾਂ ਉਹਦੇ ਜੇ ਦਰਿਆ ਤਾਂ ਭਾਵੇਂ ਸਾਡੇ ਕੋਲੇ ਨਹੀਂ ਰਹੇ ਪੰਜ ਪਰ ਅਸੀਂ ਘਟੂ ਘਟਾ ਇੰਨਾ ਪਾਣੀ ਹੋਵੇ ਸਾਡੇ ਕੋਲੇ ਕਿ ਸੂਬਾ ਜਿਹੜਾ ਉਹ ਆਪਣਾ ਨਾਮ ਜਿਹੜਾ ਉਹ ਜਸਟੀਫਾਈ ਕਰ ਸਕਦਾ